अखबार पढ़ना बहुत शौक है। अखबार पढ़ने सिरे में पढ़िया भी किसी की डेथ होगी, उन्हें कोई कपड़ा नहीं तानते पानों से। दुकान खोलने का कोई मतलब नहीं सीगा, सिर्फ मन सीगा कि 2 महीने दिसंबर जनवरी ठंड पैंदी ना, और लोगों ने दुकान घर जाइए जेडे कंबल अपने कबड़ भरिया ना वो खाली करके लोड़वंद परिवार तक पहुँचाइए। कि इतने जो भी लोड़वंद लोग आते हैं वो एक शॉपिंग की तरह इतों परचेज करते हैं, ताकि उन्होंने ये खरात नहीं लगती कि मैं कोई भीख के तौर पर लैके जा रहा, किसी तरीके से लैके जा रहा। ਸ਼੍ਰੀਕਾਲ ਜੀ, ਕੀ ਨਾਮ ਜੀ ਆਪਣਾ? ਮੇਰਾ ਨਾਮ ਵਿਜੀ ਤਰਵਿੰਦਰ ਸਿੰਘ। ਹਾਂ ਤਰਵਿੰਦਰ ਜੀ, ਇਹ ਜਿਹੜੇ 13 ਦਾ ਖਿਆਲ ਕਰ ਰਹੇ ਹੋ ਕਿਦਾਂ? ਕੋਈ ਜੀ 3-5 ਸਾਲ ਪੁਰਾਣੀ ਗੱਲ ਹੈ। ਮੈਂ ਨਾ ਅਖਬਾਰ ਪੜ੍ਹਨ ਦਾ ਬਹੁਤ ਸ਼ੌਕੀਨ ਹੈ, ਕਿਉਂਕਿ ਅਸੀਂ ਮੀਡੀਆ ਖਾਣ ਕਰਕੇ ਸਾਨੂੰ ਅਖਬਾਰ ਪੜ੍ਹਨਾ ਬਹੁਤ ਸ਼ੌਕ ਹੈ। ਅਖਬਾਰ ਪੜ੍ਹਨ ਦੇ ਸਿਰੇ ਮੈਂ ਪੜ੍ਹਿਆ ਵੀ ਕਿਸੇ ਦੀ ਡੈਥ ਹੋ ਗਈ, ਉਹਦੇ ਕੋਲ ਕੱਪੜਾ ਨਹੀਂ ਸੀ ਤਾਂ ਤੇ ਪਾਉਣ ਵਾਸਤੇ। ਅਤੇ ਮੈਂ ਸੋਚਿਆ ਸਾਡੇ ਘਰਾਂ 'ਚ ਰਜਾਈਆਂ ਕੰਬਲ ਕਿੰਨੇ ਵੇਸਟ ਪੈਂਦੇ, ਜੈਕਟਾਂ ਵੇਸਟ ਪੈਂਦੇ, ਔਰ ਅਸੀਂ ਯੂਜ਼ ਨਹੀਂ ਕਰਦੇ, ਪਈ ਰਹਿੰਦੇ ਟਰੰਕਾਂ 'ਚ ਭਰੇ ਰਹਿੰਦੇ ਨੇ। ਅਤੇ ਆਪਣੇ ਇੱਕ ਦੋਸਤਾਂ ਵਿਚਾਰ ਬਣਾਇਆ, ਆਪਾਂ ਨਾ ਇਕੱਠੇ ਕਰਕੇ ਸਾਰਿਆਂ ਨੇ ਫੁੱਟਬਾਲ ਚੌਂਕ ਜਾ ਕੇ ਖੜ ਕੇ ਸਮਾਨ ਵੰਡਣਾ। ਉਹੀ ਵੰਡਣਗੇ, ਸਾਡੇ ਕੋਲ 80 PC ਟੋਟਲ ਸੀਗੇ, 40 ਰਜਾਈਆਂ 40 ਜੈਕਟਾਂ ਸੀਗੀਆਂ। ਵੰਡਦੇ ਵੰਡਦੇ ਸ਼ਾਮ 'ਚ ਪਈ, ਸਾਡੇ ਕੋਲ ਤਕਰੀਬਨ 480 PC ਆ ਗਏ। ਦੇਣ ਵਾਲੇ ਜ਼ਿਆਦਾ ਆਏ, ਲੈਣ ਵਾਲੇ ਘੱਟ ਆਏ। ਹੁਣ ਸੋਚਿਆ ਕਰੀ ਗਈ, ਮੇਰੇ ਇੱਕ ਦੋਸਤ ਦੀ ਦੁਕਾਨ ਸੀ ਹਰਬੰਸ ਸਿੰਘ ਰੋਡ ਉੱਤੇ, ਅਤੇ ਉਹਨਾਂ ਨੇ ਮੈਨੂੰ ਕਿਹਾ ਸਾਡੀ ਦੁਕਾਨ ਤੁਸੀਂ ਵਰਤ ਲਓ। ਅਸੀਂ ਦੁਕਾਨ 'ਤੇ ਰੱਖਿਆ, ਲੋਕ ਆਏ 2-4, 10-20 PC ਨਜਾਇਜ਼ ਲੈਣ ਲੱਗੇ। ਸਾਨੂੰ ਲੱਗਿਆ ਬਿਕਦਰੀ ਵੀ ਹੋ ਰਹੀ ਹੈ, ਇਹਦਾ ਰੇਟ ਕਿਉਂ 10 ਰੱਖਤਾ ਜਾਵੇ। ਫਿਰ ਅਸੀਂ ਇਹਦਾ ਰੇਟ 10 ਰੱਖ ਦਿੱਤਾ। 10 ਰੱਖਣ ਦੇ ਨਾਲ ਫਿਰ ਗੁਰੂ ਨਾਨਕ ਸਾਹਿਬ ਗੁਰਪੁਰਬ ਆ ਰਿਹਾ ਸੀਗਾ, ਅਤੇ ਅਸੀਂ ਫਿਰ ਇਹਦਾ ਰੇਟ 13 ਰੱਖਤਾ। ਦੁਕਾਨ ਖੋਲ੍ਹਣ ਦਾ ਕੋਈ ਮਤਲਬ ਨਹੀਂ ਸੀਗਾ, ਸਿਰਫ ਮਨ ਸੀਗਾ ਕਿ 2 ਮਹੀਨੇ ਦਸੰਬਰ ਜਨਵਰੀ ਠੰਡ ਪੈਂਦੀ ਨਾ, ਉਹ ਲੋਕਾਂ ਨੂੰ ਦੁਕਾਨ ਦੇ ਘਰ ਰਜਾਈਆਂ ਜਿਹੜੇ ਕੰਬਲ ਆਪਣੇ ਕੱਬੜ ਭਰੀਆਂ ਨਾ ਉਹ ਖਾਲੀ ਕਰਕੇ ਲੋੜਵੰਦਾ ਪਰਿਵਾਰ ਤੱਕ ਪਹੁੰਚਾਈਏ। ਉਹ ਕਰਦੇ ਕਰਦੇ ਸੰਗਤ ਦਾ ਇੰਨਾ ਸਹਿਯੋਗ ਮਿਲਿਆ ਕਿ ਸਾਡੇ ਕੋਲ ਸਮਾਨ ਹੀ ਇੰਨਾ ਆ ਗਿਆ, ਸਾਨੂੰ ਸੰਭਾਲਣਾ ਔਖਾ ਆ ਗਿਆ ਵੀ ਸੰਭਾਲ ਕਰੀਏਗੀ। ਫਿਰ ਇੱਕ ਸ਼ੋਪ ਖੋਲ੍ਹਣ ਦਾ ਮੂਡ ਬਣਿਆ। ਫਿਰ ਸਾਡੇ ਜਸਵਿੰਦਰ ਵੀਰ ਜੀ, ਭੈਣਾਂ ਸਾਡੀਆਂ ਆਈਆਂ ਸਾਡੇ ਕੋਲ, ਇਹਨਾਂ ਸੇਵਾ ਤੌਰ 'ਤੇ ਪਹਿਲਾਂ 6 ਮਹੀਨੇ ਸਾਡੇ ਕੋਲ ਸੇਵਾ ਕੀਤੀ, ਹੁਣ ਬਹੁਤ ਥੋੜ੍ਹੀ ਸੈਲਰੀ ਲੈ ਕੇ ਇਹ ਸੇਵਾ ਸੰਭਾਲ ਰਹੇ ਹਾਂ। ਹੁਣ ਇੱਥੇ ਕਾਰਜ ਕਾਫੀ ਚੱਲ ਰਿਹਾ, ਹੁਣ ਇੱਕ ਨਵਾਂ ਕਾਰਜ ਸ਼ੁਰੂ ਕਰਨ ਲੱਗੇ, ਪੰਚਕਰਮਾ। ਤੁਸੀਂ ਦੇਖਿਆ ਕਿ ਸ਼ਹਿਰ ਦੇ ਵਿੱਚ ਬੜੇ ਵੱਡੇ ਵੱਡੇ ਕੇਲਦਾਰ ਜਿਹੜੇ ਤੇਲ ਨਾਲ ਮਾਲਿਸ਼ ਕਰਦੇ ਹਨ, ਔਰ ਬੜੇ ਖਰਚੇ ਲੈਂਦੇ, 1000-1000 ਰੁਪਏ ਪਰ ਸਿਟਿੰਗ ਲੱਗਦੀ ਹੈ ਇਹਨਾਂ ਦੀ, ਔਰ ਸਾਡੀ ਉਹ ਸਿਟਿੰਗ ਟੋਟਲੀ ਫ੍ਰੀ ਆਫ ਕੋਸਟ ਹੋਏਗੀ। ਇੱਕ ਗੋਲਕ ਲਗਾ ਦੇਗੀ ਛੋਟੀ ਜੀ, ਵੀ ਜੇ ਕਿਸ ਕੋਲ ਮਾਇਆ ਹੈਗੀ ਉਹ 10-20-50 ਪਾ ਦੇਗਾ, ਤਾਂ ਜਿਹੜਾ ਡਾਕਟਰ ਬੈਠੇ ਉਹਦੇ ਘਰ ਦਾ ਗੁਜ਼ਾਰਾ ਹੋ ਜਾਵੇ। ਉਹਨਾਂ ਕੀ ਹੋਏਗਾ, ਉਸ ਡਾਕਟਰ ਨੂੰ ਥੋੜ੍ਹੀ ਮਾਇਆ ਮਿਲ ਜਾਏਗੀ, ਔਰ ਤੁਹਾਡਾ ਜਿਹੜਾ ਲੱਖਾਂ ਦਾ ਇਲਾਜ ਆ ਉਹ 10-20-50 ਰੁਪਏ ਹੋ ਜਾਏਗਾ। ਉਹਦਾ ਟਾਈਮ ਅਸੀਂ 2-6 ਰੱਖਾਂਗੇ, ਔਰ ਅਗਲੇ ਸੋਮਵਾਰ ਸ਼ੁਰੂ ਕਰਨ ਜਾ ਰਹੇ ਹਾਂ ਉਹਨੂੰ, ਔਰ ਪੰਚਕਰਮਾ ਦਾ ਨਾਮ ਰੱਖਿਆ ਜਾਏਗਾ। ਹਾਂਜੀ, ਵੀਰ ਜੀ 20% ਲੋਕ ਦੇ ਕੇ ਜਾਂਦੇ, 80% ਲੈਣ ਜਾਂਦੇ। ਸਾਡੇ ਕੋਲ ਸੇਵਾਦਾਰ ਮੁੰਡੇ ਹੈਗੇ ਆ, ਸਕੂਲ ਕਾਲਜ ਲੜਕੇ ਹੈਗੇ ਆ, 2 ਆਟੋ ਵੀ ਲੱਗੇ ਹੋਏ, ਇੱਕ ਸਾਡੇ ਪਰਮਿੰਦਰ ਵੀਰ ਜੀ ਹੈਗੇ ਨੇ। ਉਹ ਕਰਦੇ ਕਿ ਇਹ ਸਾਨੂੰ ਮੈਸੇਜ ਆਉਂਦਾ ਲੋਕਾਂ ਦਾ, ਅਸੀਂ ਤਾਂ ਨੰਬਰ ਵੀ ਦੇਵਾਂਗੇ, ਸਾਨੂੰ ਲੋਕ ਕਾਲ ਕਰਦੇ ਸਾਡੇ ਘਰੋਂ ਆ ਕੇ ਸਮਾਨ ਲੈ ਜਾਓ। ਜਿਹੜਾ ਮੁੰਡਾ ਕਾਲਜ ਵਿੱਚੋਂ ਫ੍ਰੀ ਹੋਇਆ ਵਾ ਉਹਨੇ ਆਪਣੇ ਦੁਪਹਿਰ ਤੋਂ ਬਾਅਦ ਜਾ ਕੇ ਸਮਾਨ ਲੈਣਾ, ਜੋ ਬਿਜ਼ੀ ਹੈ ਫਿਰ ਅਸੀਂ ਆਪਣੇ ਆਟੋ ਭੇਜ ਦਿੰਦੇ ਹਾਂ। ਹੁੰਦਾ ਕੀ ਹੈ ਕਿ ਹਰ ਬੰਦੇ ਆਪਣਾ ਸ਼ਡਿਊਲ ਹੁੰਦਾ ਵਾ, ਪਰ ਸਾਡੇ 680 ਮੈਂਬਰ ਹੋਣ ਕਰਕੇ ਸਾਨੂੰ ਇੰਨੀ ਦਿੱਕਤ ਆਉਂਦੀ ਨਹੀਂ। ਹਰ ਮੈਂਬਰ ਤੱਤਪਰ ਰਹਿੰਦਾ ਸੇਵਾ ਕਰਨ ਦੇ ਵਾਸਤੇ। ਅਸੀਂ ਤੁਹਾਨੂੰ ਆਪਣਾ ਨੰਬਰ ਵੀ ਦੱਸਦੇ ਹਾਂ, 120 Foot Road ਤਰਾਹਟੀ ਜਲੰਧਰ ਦੇ ਵਿੱਚ ਹੈਗੀ ਸਾਡੀ ਸ਼ੋਪ। ਔਰ ਜੇ ਕਿਸੇ ਨਾਲ ਕੰਟੈਕਟ ਨਾਲ ਕੋਈ ਸਮਾਨ ਦੇਣਾ, ਅੱਗੇ ਦੀਵਾਲੀ ਆ ਰਹੀ, ਸਫਾਈਆਂ ਕਰਦੀਆਂ, ਅਸੀਂ ਘਰ ਦੇ ਸਮਾਨ ਇਕੱਲੇ ਕੱਪੜੇ ਨਹੀਂ, ਪੁਰਾਣੇ ਸ਼ੂਜ਼, ਪੁਰਾਣੀ ਕਰੋਕੀ, ਮਤਲਬ ਸਿੱਟੋ ਨਾ, ਕੋਈ ਚੀਜ਼ ਵੇਸਟ ਨਾ ਕਰੋ, ਸਾਰਾ 13-13 ਦਿਓ। ਤੁਹਾਡਾ ਦਿੱਤਾ ਹੋਇਆ ਸਮਾਨ ਅਸੀਂ ਜ਼ਰੂਰ ਵੇਚਦੇ ਹਾਂ 13 ਰੁਪਏ 'ਚ, ਪਰ ਉਹ 13 ਰੁਪਏ ਹੈ ਉਹ ਸੰਗਤ ਦੇ ਵਿੱਚ 50 ਵਿਦਵਾਰ ਤੋਂ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਵਾ। ਅਤੇ ਤੁਸੀਂ ਸਾਡਾ ਨੰਬਰ ਨੋਟ ਕਰ ਸਕਦੇ ਹੋ, 85-299-1-00-35-285-285 1-00-35-285। ਤੁਸੀਂ ਸਾਡੇ ਮੈਂਬਰ ਬਣਨਾ ਚਾਹੁੰਦੇ, ਮੈਂਬਰ ਬਣ ਸਕਦੇ। ਮੈਂਬਰ ਬਣਨ ਦੀ ਕੋਈ ਫੀਸ ਨਹੀਂ ਹੁੰਦੀ, ਸਿਰਫ ਸਾਡੇ ਜਿਹੜੇ ਅਸੀਂ ਮੈਸੇਜ ਭੇਜਦੇ ਹਾਂ, ਵੱਧ ਤੋਂ ਸ਼ੇਅਰ ਕਰੋ, ਲੋਕਾਂ ਨੂੰ ਜਾਣੂ ਕਰਵਾਈਏ ਕਿ ਹੱਟੀ ਕਿੱਥੇ ਪਹੁੰਚਾ ਸਕਦੀ, ਕਿਹੜਾ ਕੰਮ ਕਰ ਸਕਦੀ ਹੈ। ਨਹੀਂ ਵੀਰ ਜੀ, ਮੈਂ ਤਾਂ ਤੁਸੀਂ ਲਾਸਟ ਮੇਰੀ ਵੀਡੀਓ ਦੇਖਿਓ, ਮੈਨੂੰ ਪਿਛਲੇ ਮਹੀਨੇ UK ਤੋਂ ਸਮਾਨ ਆਇਆ, ਹਾਲੇ 2 ਵਾਰੀ ਹੋਰ ਆਈਆਂ, ਉਹ ਇਕੱਠਾ ਖੋਲ ਲਿਆ ਗਿਆ, ਕਿਉਂਕਿ ਉਹਨਾਂ ਕੋਲ ਖਰਚਾ ਵੀ ਬਹੁਤ ਆਉਂਦਾ। UK, ਅਮੈਰੀਕਾ, ਇੰਗਲੈਂਡ, ਹਰ ਜਗ੍ਹਾ ਤੋਂ ਜਿਹੜਾ ਵੀ ਕਰ ਰਿਹਾ, ਦੇ 2 ਟੱਚ ਆਪਣੇ 1-1 13-13 ਨੂੰ ਨਾਲ ਲੈ ਕੇ ਆ ਰਿਹਾ, ਕਿਉਂਕਿ ਸੰਗਤ ਦੇ ਸਹਿਯੋਗ ਤੋਂ ਬਿਨਾਂ ਅਸੀਂ ਕੁਛ ਨਹੀਂ ਕਰ ਸਕਦੇ, ਕਿਉਂਕਿ ਸੰਗਤ ਦਾ ਸਹਿਯੋਗ ਨਹੀਂ ਤਾਂ ਅਸੀਂ ਬਿਲਕੁਲ ਜ਼ੀਰੋ ਹਾਂ, ਔਰ ਸੰਗਤ ਵਿੱਚ ਰੱਬ ਵੱਸਦਾ, ਰੱਬ ਤਾਂ ਫਿਰ ਕੁਛ ਵੀ ਕਰਾ ਸਕਦਾ ਸਾਡੇ ਕੋਲੋਂ। ਮੈਂ ਚਾਹੁੰਦਾ ਕਿ ਇਸ ਦੀਆਂ ਬ੍ਰਾਂਚਾਂ ਹੋਰ ਵੀ ਹੈਗੀਆਂ। ਹਾਂਜੀ ਵੀਰ ਜੀ, ਇਹਨਾਂ ਦੀ ਬ੍ਰਾਂਚਾਂ ਸਾਡੀਆਂ ਹੈਗੀਆਂ, ਜਿੱਦਾਂ ਜਿਹੜੇ ਸਟੋਰ ਹੈਗੇ ਨੇ ਉਹ ਕਾਨਪੁਰ ਦੇ ਵਿੱਚ ਹੈ, ਹੈਦਰਾਬਾਦ ਦੇ ਵਿੱਚ ਹੈ, ਅੱਜ ਸਾਡੇ ਵੀਰ ਜੀ ਬੈਂਗਲੋਰ ਤੋਂ ਸੇਤੂ ਵੀਰ ਜੀ ਆਏ ਹੋਏ ਸੀ, ਉਹ ਵੀ ਤੁਹਾਨੂੰ ਅਸੀਂ ਜਾਣੂ ਮਿਲਾਵਾਂਗੇ ਉਹਨਾਂ ਨਾਲ।
ਉਹ ਬੈਂਗਲੋਰ ਦੇ ਵਿੱਚ ਬਹੁਤ ਸਾਰੀ ਸੇਵਾ ਸੰਭਾਲਦੇ ਪਏ ਸੀ। ਗੁਰਦਾਸ ਸਾਹਿਬ ਕੰਸਟਰਕਸ਼ਨ ਹੋ ਕੇ ਕੁਛ ਟਾਈਮ ਬੰਦ ਕੀਤਾ ਗਿਆ ਔਰ ਦੁਬਾਰਾ ਤੋਂ ਫਿਰ ਸ਼ੁਰੂ ਕੀਤਾ ਜਾ ਰਿਹਾ। ਅਸੀਂ ਵੀ ਬੈਂਗਲੋਰ ਜਾ ਕੇ ਉਹ ਓਪਨਿੰਗ ਦੁਬਾਰਾ ਤੋਂ ਕੀਤੀ ਜਾਏਗੀ, ਫਿਰੋਜ਼ਪੁਰ ਸ਼ੁਰੂ ਕਰਨ ਜਾ ਰਹੇ ਹਾਂ। ਲੁਧਿਆਣੇ ਵਿੱਚ ਸਾਡੇ ਸਿਸਟਰ ਦਾ ਘਰ, ਉੱਥੇ ਲੋਕ ਸਮਾਨ ਪਕੜਾ ਕੇ ਜਾਂਦੇ ਆ। ਫਗਵਾੜੇ ਸਾਡੇ ਕਜ਼ਨ ਹੈਗੇ, ਉਹਨਾਂ ਘਰ ਸਮਾਨ ਫੜਾਇਆ। ਨਕੋਦਰ ਸਾਡੇ ਘਰ ਹੈਗਾ, ਉੱਥੇ ਸਮਾਨ ਫੜਾਉਂਦੇ। ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਸਟੋਰ ਜੂ ਬਣਾਏ ਹੈ ਜਿਹੜੇ ਲੋਕ ਉੱਥੇ ਸਮਾਨ ਫਕੜਾ ਜਾਂਦੇ। ਹਰਜਿੰਦਰ ਸਿੰਘ, ਮੈਂ ਐਕਸ ਪ੍ਰੈਜ਼ੀਡੈਂਟ ਸ਼੍ਰੀ ਗੁਰੂ ਸਿੰਘ ਸਭਾ ਬੈਂਗਲੋਰ ਤੋਂ ਹਾਂ। ਇੱਥੇ ਆਏ ਸੀ ਜਲੰਧਰ, ਜਿਹਦੇ ਕਰਕੇ ਵੇਖਣ ਦੀ ਬੜੀ ਔਨਲਾਈਨ 'ਤੇ ਵੇਖਿਆ ਸੀ ਭਾਈ ਸਾਹਿਬ ਨੂੰ ਬਹੁਤ ਵਾਰ ਤੇਰਾ ਹੱਟੀ ਤੋਂ, ਜਿਹਦੇ ਤੋਂ ਇੰਸਪਾਇਰ ਹੋ ਗਿਆ ਸੀ। ਬੈਂਗਲੋਰ ਵੀ ਚਾਲੂ ਕੀਤੀ ਸੀ ਅਤੇ ਬੜੀ ਅੱਛੀ ਚੱਲ ਰਹੀ ਸੀ। ਵਿੱਚ ਗੁਰਦੁਆਰੇ ਦੀ ਕੰਸਟਰਕਸ਼ਨ ਕਰਕੇ ਇੱਕ ਡੇਢ ਦੋ ਸਾਲ ਬੰਦ ਰਹੀ ਹੈ, ਜਿਹੜੀ ਹੁਣ ਬਹੁਤ ਜਲਦੀ ਹੀ ਨਵੇਂ ਗੁਰਦੁਆਰਾ ਸਾਹਿਬ ਵਿੱਚ ਇਸੇ ਮੋਡ 'ਤੇ ਜਿਹੜੇ ਤਰੀਕੇ ਨਾਲ ਇਹ ਚਲਾ ਰਹੇ ਨੇ, ਇਸੇ ਤਰੀਕੇ ਨਾਲ ਅਸੀਂ ਬੈਂਗਲੋਰ ਵੀ ਇਸ ਨੂੰ ਚਾਲੂ ਕਰਾਂਗੇ, ਜਿਹਦੇ ਨਾਲ ਲੋੜਵੰਦਾਂ ਦੀ ਪੂਰੀ ਮਦਦ ਕੀਤੀ ਜਾ ਸਕੇ। ਬੇਸਹਾਰਾ ਲੋਕਾਂ ਨੂੰ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਅਤੇ ਅਸੀਂ ਕੂੜੇ ਵਗੈਰਾ ਹੀ ਸੁੱਟ ਦਿੰਦੇ ਹਾਂ ਜਾਂ ਉਹਨਾਂ ਨੂੰ ਗਲਤ ਇਸਤੇਮਾਲ ਕਰਦੇ ਹਾਂ, ਉਹਨਾਂ ਨੂੰ ਸਹੀ ਤਰੀਕੇ ਨਾਲ ਇੱਕ ਤਾਂ ਲੋਕਾਂ ਦੀਆਂ ਆਸ਼ੀਰਵਾਦ ਲਿਆ ਜਾ ਸਕੇ ਅਤੇ ਯੂਜ਼ਫੁੱਲ ਕੀਤਾ ਜਾ ਸਕੇ ਚੀਜ਼ਾਂ ਨੂੰ, ਇਹ ਬਹੁਤ ਜ਼ਿਆਦਾ ਜ਼ਰੂਰਤ ਹੈ। ਮੈਂ ਭਾਅ ਜੀ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਕਿ ਇਹਨਾਂ ਨੇ ਇਹ ਜਿਹੜਾ ਇੱਕ ਆਈਡੀਆ ਲੈ ਕੇ ਇਸ ਚੀਜ਼ ਨੂੰ ਚਾਲੂ ਕੀਤਾ ਹੈ ਗੁਰੂ ਨਾਨਕ ਦੇ ਨਾਮ 'ਤੇ, ਤੇਰਾਂ ਦੇ ਨਾਮ 'ਤੇ। ਬਹੁਤ ਵਧੀਆ ਉਪਰਾਲਾ ਹੈ ਜਿਹਨੂੰ ਸਾਰਿਆਂ ਨੂੰ ਹੀ ਹਰ ਸ਼ਹਿਰ ਵਿੱਚ ਇਸ ਚੀਜ਼ ਨੂੰ ਫੋਲੋ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਪ੍ਰੀਤ ਸਿੰਘ, ਸੇਵਾਦਾਰ ਤੇਰਾ ਹੱਟੀ। ਅੱਜ ਤੋਂ ਕਰੀਬਨ 5 ਸਾਲ ਦਾ ਸਮਾਂ ਹੋ ਗਿਆ ਤੇਰਾ ਹੱਟੀ ਨੂੰ ਸਟਾਰਟ ਹੋਇਆ, ਜਿਹੜੀ ਕਿ ਸਿਰਫ ਅਸੀਂ 3 ਮਹੀਨੇ ਵਾਸਤੇ ਖੋਲ੍ਹੀ ਸੀ ਕਿ ਜਿਹਦੇ ਵਿੱਚ ਸਾਡੇ ਤਰਵਿੰਦਰ ਸਿੰਘ ਜਿਹੜੇ ਮੁੱਖ ਸੇਵਾਦਾਰ ਆ, ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ ਕਿ ਜੋ ਲੋਕਾਂ ਦੇ ਘਰਾਂ ਦੇ ਵਿੱਚ ਵੇਸਟ ਕੱਪੜੇ ਪਏ ਹੁੰਦੇ ਨੇ, ਕਿਸੇ ਦੇ ਕੰਮ ਨਹੀਂ ਆਉਂਦੇ ਉਹ, ਆਪਾਂ ਉਹਨਾਂ ਨੂੰ ਫਜ਼ੂਲ ਕੋਈ ਪੋਚਾ ਬਣਾ ਲਿਆ ਜਾਂ ਕੁਛ ਬਣਾ ਲਿਆ, ਪਰ ਜੇ ਉਹ ਚੀਜ਼ ਕਿਸੇ ਦੇ ਕੰਮ ਆ ਸਕਦੀ, ਕਿਸੇ ਨਾ ਕਿਸੇ ਦੇ ਹੱਥ ਦੇ ਵਿੱਚ ਜ਼ਰੂਰ ਪਹੁੰਚਾਈਏ। ਸੋ ਇਹ ਕੰਸੈਪਟ ਛੋਟਾ ਜਿਹਾ ਸਟਾਰਟ ਹੁੰਦਾ ਅੱਜ ਬਹੁਤ ਵੱਡਾ ਰੂਪ ਲੈ ਚੁੱਕਾ ਹੈ ਔਰ ਜਗ੍ਹਾ ਜਗ੍ਹਾ ਤੇਰਾ ਹੱਟੀਆਂ ਖੁੱਲ੍ਹ ਚੁੱਕੀਆਂ। ਔਰ ਸਭ ਤੋਂ ਵੱਡੀ ਇਸ ਹੱਟੀ ਦੇ ਵਿੱਚ ਗੱਲ ਜਿਹੜੀ ਮੈਂ ਸਮਝਦਾ ਹਾਂ ਕਿ ਇੱਥੇ ਜੋ ਵੀ ਲੋੜਵੰਦ ਲੋਕ ਆਉਂਦੇ ਨੇ ਉਹ ਇੱਕ ਸ਼ੋਪਿੰਗ ਦੀ ਤਰ੍ਹਾਂ ਇੱਥੋਂ ਪਰਚੇਜ਼ ਕਰਦੇ ਨੇ, ਤਾਂ ਕਿ ਉਹਨੂੰ ਇਹ ਖਰਾਤ ਨਹੀਂ ਲੱਗਦੀ ਕਿ ਮੈਂ ਕੋਈ ਇਹ ਭੀਖ ਦੇ ਤੌਰ 'ਤੇ ਲੈ ਕੇ ਜਾ ਰਿਹਾ ਜਾਂ ਕਿਸੇ ਤਰੀਕੇ ਦੇ ਲੈ ਕੇ ਜਾ ਰਿਹਾ, ਉਹਨੂੰ ਲੱਗਦਾ ਕਿ ਮੈਂ ਖਰੀਦ ਕੇ ਲੈ ਕੇ ਜਾ ਰਿਹਾ। ਸੋ ਇਹਨਾਂ ਦਾ ਮੈਂ ਇਹ ਧੰਨਵਾਦ ਕਰਦਾ ਕਿ ਲੋਕਾਂ ਦੇ ਇਸ ਦਿਮਾਗ ਨੂੰ ਵੀ ਪੜਿਆ ਕਿ ਕਿਸੇ ਦੇ ਦਿਮਾਗ ਦੇ ਵਿੱਚ ਇਹ ਨਾ ਆਵੇ ਕਿ ਮੈਂ ਚੀਜ਼ ਮੁਫਤ ਜਾਂ ਫ੍ਰੀ ਲੈ ਕੇ ਜਾ ਰਿਹਾ। ਸੋ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਤੇਰਾ ਹੱਟੀ ਅੱਜ ਇਸ ਤੋਂ ਇਲਾਵਾ ਹੋਰ ਵੀ ਬੜੇ ਕੰਮ ਕਰ ਰਹੀ ਹੈ, ਵਿਧਵਾਵਾਂ ਨੂੰ ਕੰਮ ਵੀ ਖੁਲਵਾ ਕੇ ਦਿੱਤਾ ਹੈ ਔਰ ਉਹਨੂੰ ਰਾਸ਼ਨ ਵੀ ਦਿੰਦੇ ਨੇ ਔਰ ਪੁਰਾਣੀਆਂ ਕਿਤਾਬਾਂ ਜਿਹੜੇ ਲੋੜਵੰਦ ਬੱਚਿਆਂ ਨੂੰ ਚਾਹੀਦੀਆਂ ਹੁੰਦੀਆਂ ਉਹ ਵੀ ਪਹੁੰਚਾਉਂਦੇ ਨੇ ਔਰ ਇੱਕ ਹੋਰ ਇਹਨਾਂ ਨੇ ਬੜੀ ਵਧੀਆ ਸੇਵਾ ਸਟਾਰਟ ਕੀਤੀ ਕਿ ਪਲਾਸਟਿਕ ਨੂੰ ਨੋ ਕੀਤਾ ਇਹਨਾਂ ਨੇ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪਲਾਸਟਿਕ ਯੂਜ਼ ਨਹੀਂ ਕਰਨਾ। ਉਹਨਾਂ ਲਈ ਥੈਲੇ ਬਣਾਏ ਨੇ ਜਿਹੜੇ ਕਿ ਜਗ੍ਹਾ ਜਗ੍ਹਾ ਇਹ ਪਹੁੰਚਾਉਂਦੇ ਨੇ ਔਰ ਜਗ੍ਹਾ ਜਗ੍ਹਾ ਪੋਸਟਰ ਵੀ ਲਗਾਉਂਦੇ ਨੇ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਸਕੀਏ ਔਰ ਗੰਦਗੀ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਪਲਾਸਟਿਕ ਹੀ ਹੈ। ਸਾਡੇ ਜਿਹੜੇ ਸੀਵਰੇਜ ਰੁਕਦੇ ਨੇ ਉਹਦਾ ਮੁੱਖ ਕਾਰਨ ਪਲਾਸਟਿਕ ਦੇ ਲਿਫਾਫੇ ਨੇ। ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇੰਨੀ ਵਧੀਆ ਇਹ ਸੇਵਾ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।